ਗਿੱਪੀ ਗਰੇਵਾਲ ਦੀ ਹੋਮ ਪ੍ਰੋਡਕਸ਼ਨ ਦੀ ਫਿਲਮ ਅਰਦਾਸ ਜਿਸ ਦੇ ਵਿੱਚ ਨਜ਼ਰ ਆਏ ਸੀਗੇ ਐਮੀ ਵਿਰਕ। ਇਸ ਫਿਲਮ ਨੂੰ ਲੋਕਾਂ ਨੇ ਬੇਹੱਦ ਜ਼ਿਆਦਾ ਪਸੰਦ ਕੀਤਾ ਔਰ ਇਸ ਫਿਲਮ ਦੀ ਸਕਸੈਸ ਤੋਂ ਬਾਅਦ ਹੁਣ ਗਿੱਪੀ ਗਰੇਵਾਲ ਲੈ ਕੇ ਆ ਰਹੇ ਨੇ ਅਰਦਾਸ 2 ਔਰ ਇਸ ਦੀ ਜਾਣਕਾਰੀ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਕੁਛ ਚਿਰ ਪਹਿਲਾਂ ਦਿੱਤੀ ਸੀਗੀ ਔਰ ਹੁਣ ਇੱਕ ਹੋਰ ਫੋਟੋ ਅਪਲੋਡ ਹੋਈ ਹੈ ਗਿੱਪੀ ਗਰੇਵਾਲ ਦੇ ਅਕਾਊਂਟ ਤੇ ਜਿਸ ਦੇ ਵਿੱਚ ਉਹਨਾਂ ਦੇ ਨਾਲ ਨਜ਼ਰ ਆ ਰਹੇ ਨੇ ਰਾਣਾ ਰਣਬੀਰ ਵੀ ਔਰ ਇਸ ਫੋਟੋ ਦੀ ਕੈਪਸ਼ਨ ਹੈ #ਅਰਦਾਸ2 ਵਾਹਿਗੁਰੂ ਮਿਹਰ ਕਰੇ @official Rana Ranbir @baldeo @humblemotionpictures and #GippiGarewal। ਕਿਤੇ ਨਾ ਕਿਤੇ ਹੋ ਸਕਦਾ ਹੈ ਕਿ ਰਾਣਾ ਰਣਬੀਰ ਫਿਲਮ ਦੇ ਵਿੱਚ ਨਜ਼ਰ ਆਉਣ ਜਾਂ ਫਿਰ ਫਿਲਮ ਦਾ ਕੋਈ ਨਾ ਕੋਈ ਉਹ ਪਾਰਟ ਜ਼ਰੂਰ ਹੋਣਗੇ। ਫਿਲਹਾਲ ਗਿੱਪੀ ਗਰੇਵਾਲ ਨੂੰ ਆਲ ਦੀ ਵੈਰੀ ਬੈਸਟ ਫੋਰ ਦੀ ਮੂਵੀ ਅਰਦਾਸ 2 ਕਿਉਂਕਿ ਪੰਜਾਬੀ ਸਿਨੇਮਾ ਨੂੰ ਅਜਿਹੀਆਂ ਫਿਲਮਾਂ ਦਾ ਕਾਫੀ ਇੰਤਜ਼ਾਰ ਹੈ।